अस्सलाम वालेकुम जी, मैं हूँ मोहम्मद अब्बास मुसाफिर। ये बाहर शोर हो रहा है, आए जी देखते हैं कैसा शोर है। सवारी कराउंदे ने काले रिछ दी सवारी, ते ना दुख रवे ते ना कोई बिमारी। जेड़ा बच्चा करमा लियो इहदी कंड ते बह जाणा, कई बलावां उहदे तों दूर हो जांदियां ने, उह बच्चा बड़ा मकदरा वाला हो जांदा। जिन्ने इहदी कंड दे उत्ते बह के ते सवारी कर लैणी हुंदी है बच्चे नूं, कंडी भैणे ते काली खंघ ते नजर साया ते डबे वाला सोकड़े वाला परछावे वाला बच्चा भी कंड ते बिठा दईए रिछां नूं मोटा, ते कौड़ी वेल वांग नूं वधदा है। इहदे ते दुआ हुंदी है कलंदर पाक दी, इहदी छाती उत्ते चन्न दा निशान हुंदा, इहनूं बख्श हुंदी है। लब जा ढोल जरा नचे पहला ਜੋਰ ਹੈ। ਚੜ੍ਹਾ ਜਰਾ ਮੇਰੇ ਪੇਟ ਦਾ ਖਿਆਲ ਵੀ ਕਿਤਨਾ ਕੁ
ਬੱਚਿਆਂ ਵਾਲਾ ਕਰੇਗਾ ਯਾਰ, ਜਿਨ੍ਹਾਂ ਨੂੰ ਰੱਬ ਨੇ ਤੇਰੇ ਵਰਗੇ ਛੋਟੇ ਛੋਟੇ ਬੱਚੇ ਦਿੱਤੇ ਨੇ, ਵੀਰ ਭਾਈ ਦਿੱਤੇ ਨੇ, ਫੇਰ ਬੱਚੇ ਕਲਮਾ ਨਬੀ ਦਾ ਪੜ੍ਹਨ ਲਈ ਦਿੱਤਾ ਪਰ ਪੁੱਤਰ ਮਾਰ ਹਾਂ ਨਜ਼ਰ, ਕਿਹੜਾ ਬੱਚਿਆਂ ਵਾਲਾ ਜਿਹੜਾ ਤੇਰੇ ਵੀ ਪੇਟ ਦਾ ਖਿਆਲ ਕਰਕੇ ਪੁੱਤਰਾ ਤੈਨੂੰ ਯਾਰ ਦੱਸ ਵੀ ਦਿੱਤਾ 40-50 rupees ਯਾਰ ਆਪਣੇ ਬੱਚਿਆਂ ਦੇ ਸਿਰ ਦੀ ਖਰਾਤ ਕਰਕੇ, ਪੰਜ ਜਿਹੜਾ ਬਲਾ ਜਿਹੜਾ ਬੱਚਾ ਹੈ ਤੁਸੀਂ ਇਹ ਆਪ ਫੜ ਕੇ ਲਿਆਉਂਦੇ ਹੋ ਜਾਂ ਖਰੀਦਦੇ ਹੋ, ਕੀ ਇਹਦਾ ਮਾਮਲਾ ਹੈ? ਇਹ ਕਿੰਨੀ ਕੁ ਉਮਰ ਹੋਣੀ ਤੁਹਾਡੇ ਹਿਸਾਬ ਨਾਲ? ਇਹਦੀ 1 ਸਾਲ ਦਾ। 1 ਸਾਲ ਦਾ ਹੋ ਗਿਆ ਹੈ? ਇਹਨੂੰ ਬਚਪਨ ਤੋਂ ਤੁਸੀਂ ਬੈਠ ਕੇ ਫੜ ਕੇ ਤਰਬੀਅਤ ਦਿੱਤੀ? ਭਾਈ ਜਾਨ ਬਚਪਨ ਤੋਂ ਹੀ ਤੁਸੀਂ ਪੜਿਆ? ਬੜੀ ਗੱਲ ਹੈ। ਅੱਛਾ ਭਾਈ ਜਾਨ, ਇਹਦੇ ਨਾਖਨ ਵਧੇ ਹੁੰਦੇ ਨੇ, ਇਹ ਬਹੁਤ ਖਤਰਨਾਕ ਹੁੰਦੇ ਨੇ ਮੇਰੀ ਮਾਲੂਮਾਤ ਦੇ ਮੁਤਾਬਕ। ਉਹ ਕੱਟ ਕੇ ਰੱਖਦੇ, ਤਰਾਸ਼ ਕੇ ਰੱਖਦੇ ਹੋ? ਠੀਕ ਹੈ, ਦੇਖ ਰਹੇ ਹੋ ਜੀ ਤੁਸੀਂ, ਦੇਖਾ ਜੀ ਆਪਣੇ ਗਲੀਆਂ ਬਾਜ਼ਾਰੋਂ ਮੈਂ ਯਹੀ ਇਨਕਾ ਜੀ ਤਰੀਕਾ ਜੀ ਰੋਜ਼ੀ ਕਮਾਉਣੇ ਕਾ। ਬਹੁਤ ਸ਼ੁਕਰੀਆ ਜੀ, ਆਪਨੇ ਵੀ ਤਮਾਸ਼ਾ ਦੇਖਾ ਔਰ ਹਮਨੇ ਵੀ ਦੇਖਾ, ਬਹੁਤ ਸ਼ੁਕਰੀਆ ਜੀ।